ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਲਈ ਆਊਟ ਹੋ ਚੁੱਕੇ ਹੈ ਜੀ ਤੁਹਾਡੀ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਲੈ ਕੇ ਆਉਣਾ ਚਾਹੀਏ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਹੋਵੇ ਸੋ ਤੁਸੀਂ ਜੁੜੇ ਰਹਿਣਾ ਜੀ ਸਾਡੇ ਨਾਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਅੱਜ ਦੀ ਜਿਹੜੀ ਭਰਤੀ ਹੈ ਜੀ 828 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜਿਹੜੀਆਂ ਇੱਕ ਰੈਗੂਲਰ ਵੈਕੈਂਸੀਜ਼ ਨੇ ਕਾਫੀ ਵਧੀਆ ਸੈਲਰੀ ਹੈ ਕਿੱਦਾਂ ਅਪਲ ਨਾਲ ਜੀ ਔਰ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤਾਂ ਕਿ ਨੈਕਸਟ ਟਾਈਮ ਕੋਈ ਵੀ ਵੀਡੀਓ ਅਸੀਂ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਚੈੱਕ ਕਰਕੇ ਅਪਲਾਈ ਵੀ ਕਰ ਪਾਓ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਸ਼ੇਅਰ ਕਰਦਾ ਹਾਂ ਲੇਕਿਨ ਤੁਸੀਂ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜ ਸਭ ਤੋਂ ਪਹਿਲਾਂ ਗੱਲ ਕਰੀਏ ਨੋਟੀਫਿਕੇਸ਼ਨ ਜਿਹੜਾ ਹੈ ਜੀ ਪੀਟਪਲੱਸਵੀ ਮਤਲਬ ਪੰਜਾਬ ਸਬੋਡੀ ਨੇ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਔਰ ਇਸ ਦੇ ਵਿੱਚ ਜਿਹੜਾ ਹੈ 23 ਮਈ ਤੋਂ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਲਾਸਟ ਡੇਟ ਜਿਹੜੀ ਹੈ ਜੀ 25 ਜੂਨ 2022 ਜਿਹੜੀ ਹੈ ਜੀ ਰੱਖੀ ਗਈ ਹੈ ਉਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਆਰਾਮ ਦੇ ਨਾਲ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਓਨਲੀ ਪੰਜਾਬ ਕੈਂਡੀਡੇਟ ਵੀ ਐਲੀਜੀਬਲ ਨੇ ਬਾਹਰ ਦੇ ਵੀ ਕਰ ਸਕਦੇ ਨੇ ਲਿੰਕ ਉਹ ਜੇ ਇੱਕ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਹੈ ਉਹ ਫੁੱਲਫਿਲ ਕਰਨਾ ਜ਼ਰੂਰੀ ਹੋਵੇਗਾ ਨੈਕਸਟ ਅਗਰ एससीबीसी ਅਤੇ ईडब्ल्यूएस ਕੈਂਡੀਡੇਟ ਲਈ 250 ਉਸ ਤੋਂ ਬਾਅਦ ਐਕਸਟ੍ਰੀਸ ਵਿੱਚ ਕੈਂਡੀਡੇਟ ਦੇ ਲਈ 200 ਹੈਂਡੀਕੈਪ ਕੈਂਡੀਡੇਟ ਲਈ ₹500 ਜਿਹੜੇ ਨੇ ਜੀ ਉਹ ਇਸ ਦੇ ਵਿੱਚ ਰਹਿਣ ਵਾਲੇ ਨੇ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਸੈਲਰੀ ਦੀ ਤਾਂ 29200 ਸੈਲਰੀ ਰਹਿਣ ਵਾਲੀ ਹੈ ਸਟਾਰਟਿੰਗ ਰਿਟਨ ਇਗਜ਼ਾਮ ਹੋਏਗਾ ਔਰ ਇਸ ਦੇ ਵਿੱਚ ਡੇਲੀ ਡਵੈਲਪਮੈਂਟ ਇਨਸਪੈਕਟਰ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ 37 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਏਜ ਲਿਮਿਟ ਦੀ ਗੱਲ ਕਰਾਂ ਤਾਂ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਐਨੀ ਗ੍ਰੈਜੂਏਟ ਕੈਂਡੀਡੇਟ ਐਲੀਜੀਬਲ ਹੋਣਗੇ ਜੀ ਤੇ ਅਪਲਾਈ ਕਰ ਪਾਣਗੇ ਲੋਕੇਸ਼ਨ ਦੀ ਗੱਲ ਕਰਾਂ ਤਾਂ ਪੰਜਾਬ ਲੋਕੇਸ਼ਨ ਜਿਹੜੀ ਹੈ ਜੀ ਇਸ ਦੇ ਲਈ ਉਹ ਰਹਿਣ ਵਾਲੀ ਹੈ ਜੀ ਨੈਕਸਟ ਅਪਲਾਈ ਕਰਨ ਦੇ ਲਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੋਨੋਂ ਦੇ ਦੇਵਾਂਗਾ ਤੁਸੀਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਇੱਥੋਂ ਤੁਸੀਂ ਆਨਲਾਈਨ ਅਪਲਾਈ ਕਰਨਾ ਤੇ ਇੱਥੋਂ ਤੁਸੀਂ ਕਰਨਾ ਹੈ ਜੀ ਇਹਦੇ ਲਈ ਨੋਟੀਫਿਕੇਸ਼ਨ ਨੂੰ ਡਾਊਨਲੋਡ ਹੁਣ ਅਸੀਂ ਗੱਲ ਕਰ ਲੈਨੇ ਸੈਕੰਡ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ ਇਹ ਨੋਟੀਫਿਕੇਸ਼ਨ ਵੀ ਜਿਹੜਾ ਹੈ ਜੀ ਪੰਜਾਬ ਸਬੋਡੀ ਨੇ ਸਰਵਿਸ ਦੁਆਰਾ ਹੀ ਆਊਟ ਕੀਤਾ ਗਿਆ ਹੈ ਲਾਸਟ ਡੇਟ 27 ਜੂਨ ਦੇ ਲਈ ਹੈਗੀ ਹੈ ਜੀ ਅਸੀਂ ਗੱਲ ਕਰੀ ਐਪਲੀਕੇਸ਼ਨ ਫੀਸ ਸੇਮ ਰਹਿਣ ਵਾਲੀ ਹੈ ਜਿਹੜੀ ਕਿ ਪਹਿਲਾਂ ਉਦੀ ਤਰ੍ਹਾਂ 1000 ਰੁਪਏ ਹੈ ਠੀਕ ਹੈ ਜੀ ਐਸਟੀ ਬੀਸੀ ਤੇ ਈਡਬਲਯੂਐਸ ਲਈ 250 ਤੇ ਹੈਂਡੀਕੈਪ ਕੈਂਡੀਡੇਟ ਲਈ 500 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸਦੇ ਸੈਲਰੀ 19900 ਤੁਹਾਡੀ ਰਹੇਗੀ ਤੇ ਰਿਟਨ ਐਗਜ਼ਾਮ ਤੁਹਾਡਾ ਇਸ ਦੇ ਵਿੱਚ ਹੋਣ ਵਾਲਾ ਹੈ ਜੀ ਇਸ ਦੇ ਵਿੱਚ 792 ਪੋਸਟਾਂ ਜੜੀਆਂ ਨੇ ਉਹ ਵੀਡੀਓ ਦੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਆਲਰੇਡੀ ਓਪਨ ਹੈ ਅਗਰ ਕਿਸੇ ਨੇ ਹਾਲ ਤੱਕ ਅਪਲਾਈ ਨਹੀਂ ਕੀਤਾ ਤਾਂ ਜ਼ਰੂਰ ਅਪਲਾਈ ਕਰਨ ਸੋ ਏਜ ਲਿਮਿਟ ਦੀ ਗੱਲ ਕਰਾਂ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਨੇ ਜੀ ਉਹ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਹ ਸਕੀਲ ਦੀ ਗੱਲ ਕਰਾਂ ਤਾਂ 35400 ਜਿਹੜੇ ਜੀ ਉਹ ਰਹਿਣ ਵਾਲਾ ਹੈ ਔਰ ਐਨੀ ਗ੍ਰੈਜੂਏਟ ਕੈਂਡੀਡੇਟ ਦੇ ਲਈ ਅਪਲਾਈ ਜਿਹੜੇ ਨੇ ਉਹ ਕਰ ਸਕਦੇ ਨੇ ਜੀ ਲਿੰਕ ਦੋਨੋਂ ਦੇ ਡਿਸਕ੍ਰਿਪਸ਼ਨ ਦਿੱਤੇ ਗਏ ਨੇ ਜੀ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ ਨਵੇਂ ਨੋਟੀਫਿਕੇਸ਼ਨ ਲੈ ਕੇ ਆਉਂਦਾ ਹੀ ਰ ਇੱਕ ਅਪਡੇਟ ਸਭ ਤੋਂ ਪਹਿਲਾਂ ਲੈਣ ਦੇ ਲਈ ਬਾਕੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਉਹਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ ਨਵੇਂ ਅਪਡੇਟ ਲੈ ਕੇ ਆਉਂਦਾ ਹੀ ਰਵਾਂਗਾ ਮਿਲਾਂਗੇ ਜੀ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ